ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਕੀ 1984 ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਕੌਮ ਮਰਵਾਈ? ਕਿਉਂ ਅਜਿਹਾ ਕੂੜ ਪ੍ਰਚਾਰ ਕਰ ਰਹੇ ਨੇ ਇਹ ਪ੍ਰਚਾਰਕ ਅਤੇ ਉਹਨਾਂ ਦੇ ਚੇਲੇ? ਇਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਜਿਹੜੇ ਚੇਲੇ ਬਾਲਕੇ ਆ, ਸ਼ਰਧਾਲੂ ਇਹਨਾਂ ਦੇ ਜਿਹੜੇ ਇਹਨਾਂ ਨੂੰ ਫੋਲੋ ਕਰਦੇ ਆ। ਸੋ ਜਿਹੜੇ ਲੋਕਾਂ ਨੇ ਤਾਂ ਆਪਣਾ ਇਤਿਹਾਸ ਪੜ੍ਹਿਆ ਹੈ ਜਾਂ ਵਧੀਆ ਰਾਈਟਰਾਂ ਨੂੰ ਪੜ੍ਹਿਆ, ਵਿਦਵਾਨਾਂ ਨੂੰ ਪੜ੍ਹਿਆ, ਉਹਨਾਂ ਨੂੰ ਤਾਂ ਪਤਾ ਇਸ ਚੀਜ਼ ਦਾ। ਹੁਣ ਜਿਹੜੇ ਲੋਕ ਵਿਚਾਰੇ ਜਿਨ੍ਹਾਂ ਕੋਲ ਨਹੀਂ ਸਮਾਂ ਹੈਗਾ ਆਪਣਾ ਇਤਿਹਾਸ ਪੜ੍ਹਨ ਦਾ, ਗੁਰਬਾਣੀ ਪੜ੍ਹਨ ਦਾ, ਉਹਨਾਂ ਲੋਕਾਂ ਨੂੰ ਇਹਨਾਂ ਨੇ ਰੱਜ ਕੇ ਬੁੱਧੂ ਬਣਾਇਆ ਅਤੇ ਉਹਨਾਂ ਦਾ ਬ੍ਰੇਨ ਵਾਸ਼ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰਪਿਆਰਿਓ, ਕੁਝ ਅਜਿਹਾ ਹੀ ਸਾਹਮਣੇ ਆਇਆ ਜਦੋਂ ਭਾਈ ਗੁਰਜਿੰਦਰ ਸਿੰਘ ਜਿੰਦ ਵਡਾਲੀ ਇੱਕ ਵਾਰ ਮੁੜ ਲਾਈਵ ਹੋਇਆ ਅਤੇ ਉਹਨਾਂ ਨੇ ਦੱਸਿਆ ਕਿ ਕਿੱਦਾਂ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੇ ਕੁਝ ਚੇਲੇ ਕੂੜ ਪ੍ਰਚਾਰ ਵਿੱਚ ਜੁਟੇ ਹੋਏ ਨੇ, ਜੋ ਸਰੇਆਮ ਇਹ ਗੱਲਾਂ ਆਖ ਰਹੇ ਨੇ ਕਿ 1984 ਵਿੱਚ ਜੋ ਕਾਂਡ ਵਾਪਰਿਆ, ਜੋ ਕੁਝ ਵੀ ਹੋਇਆ, ਉਸ ਦੇ ਵਿੱਚ ਸੰਤਾਂ ਨੇ ਜਾਣ ਬੁੱਝ ਕੇ ਕੌਮ ਮਰਵਾਈ ਹੈ। ਅਜਿਹੀਆਂ ਗੱਲਾਂ ਇੱਕ ਸੱਚਾ ਸਿੱਖ ਤਾਂ ਕਦੇ ਬੋਲ ਨਹੀਂ ਸਕਦਾ, ਇੱਕ ਸੱਚਾ ਸਿੱਖ ਕਦੇ ਸੋਚ ਨਹੀਂ ਸਕਦਾ, ਕਿਉਂਕਿ ਜੋ ਵੀ ਸਿੰਘ ਉਸ ਦੌਰਾਨ ਸ਼ਹੀਦ ਹੋਏ, ਜਿਹਨਾਂ ਨੇ ਵੀ ਕੌਮ ਵਾਸਤੇ ਸ਼ਹਾਦਤਾਂ ਦਾ ਜਾਮ ਪੀਤਾ, ਉਹਨਾਂ ਨੂੰ ਸਿੱਖ ਆਪਣੀਆਂ ਪਲਕਾਂ ਤੇ ਬਿਠਾਉਂਦੇ ਨੇ। ਜਿਹੜੇ ਲੋਕ ਆਪਣੇ ਆਪ ਨੂੰ ਸਿੱਖ ਕਹਾ ਕੇ ਅਜਿਹੀਆਂ ਗੱਲਾਂ ਬਿਆਨ ਕਰਦੇ ਨੇ, ਉਹ ਕਿਸੇ ਪਾਸਿਓਂ ਸਿੱਖ ਹੋ ਹੀ ਨਹੀਂ ਸਕਦੇ। ਉਹ ਸਿੱਖੀ ਭੇਖ ਵਿੱਚ ਸਿਰਫ ਤੇ ਸਿਰਫ ਮਸੰਦ ਹੀ ਹੋ ਸਕਦੇ ਨੇ, ਜੋ ਸਿਰਫ ਤੇ ਸਿਰਫ ਕੌਮ ਨੂੰ ਭੰਜਣ ਦੀਆਂ ਗੱਲਾਂ ਕਰਦੇ ਨੇ, ਵੰਡਣ ਦੀਆਂ ਗੱਲਾਂ ਕਰਦੇ ਨੇ, ਪਾੜ ਪਾਣ ਦੀਆਂ ਗੱਲਾਂ ਕਰਦੇ ਨੇ। ਆਓ ਜਾਣਦੇ ਆਖਿਰ ਕੌਣ ਨੇ ਉਹ ਮਸੰਦ ਜੋ ਕਰ ਰਹੇ ਨੇ ਇਹ ਕੂੜ ਪ੍ਰਚਾਰ ਭਾਈ ਜਿੰਦ ਵਡਾਲੀ ਦੀ ਜ਼ੁਬਾਨੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪ ਜੀ ਦੇ ਰੂਬਰੂ ਹੋਏ ਹਾਂ ਇੱਕ ਨਵਾਂ ਵਿਸ਼ਾ ਲੈ ਕੇ। ਜਿਵੇਂ ਆਪ ਜੀ ਨੂੰ ਪਤਾ ਹੀ ਹੈ ਵੀ ਸਮੇਂ ਸਮੇਂ ਦੇ ਸਿਰ ਆਪਾਂ ਇਹ ਜਿਹੜੇ ਗੁਰੂ ਨਿੰਦਕ ਆ ਸਿੱਖ ਇਤਿਹਾਸ ਉੱਤੇ ਸ਼ੰਕੇ ਕਰਦੇ ਹਾਂ, ਆਪਣੇ ਸਰੋਵਰਾਂ ਉੱਤੇ ਸ਼ੰਕੇ ਕਰਦੇ ਹਾਂ, ਹੋਰ ਤਾਂ ਹੋਰ ਗੁਰੂ ਸਾਹਿਬ ਉੱਤੇ ਵੀ ਸ਼ੰਕਾ ਕੀਤਾ ਇਹਨਾਂ ਨੇ, ਗੁਰਬਾਣੀ ਨੂੰ ਤੋੜ ਮਰੋੜ ਕੇ ਸੰਗਤ ਦੇ ਸਾਹਮਣੇ ਪੇਸ਼ ਕਰਦੇ, ਮਤਲਬ ਸੰਗਤ ਦਾ ਬੁੱਧੂ ਬਣਾ ਰਹੇ ਇੱਕ ਤਰ੍ਹਾਂ ਦਾ, ਅਤੇ ਇੱਦਾਂ ਬੁੱਧੂ ਬਣਾ ਕੇ ਠੱਗੀ ਮਾਰ ਰਹੇ ਹਾਂ। ਸੋ ਜਿਹੜੇ ਲੋਕਾਂ ਨੇ ਤਾਂ ਆਪਣਾ ਇਤਿਹਾਸ ਪੜ੍ਹਿਆ ਹੈ ਜਾਂ ਵਧੀਆ ਰਾਈਟਰਾਂ ਨੂੰ ਪੜ੍ਹਿਆ, ਵਿਦਵਾਨਾਂ ਨੂੰ ਪੜ੍ਹਿਆ, ਉਹਨਾਂ ਨੂੰ ਤਾਂ ਪਤਾ ਇਸ ਚੀਜ਼ ਦਾ। ਹੁਣ ਜਿਹੜੇ ਲੋਕ ਵਿਚਾਰੇ ਜਿਨ੍ਹਾਂ ਕੋਲ ਨਹੀਂ ਸਮਾਂ ਹੈਗਾ ਆਪਣਾ ਇਤਿਹਾਸ ਪੜ੍ਹਨ ਦਾ, ਗੁਰਬਾਣੀ ਪੜ੍ਹਨ ਦਾ, ਉਹਨਾਂ ਲੋਕਾਂ ਨੂੰ ਇਹਨਾਂ ਨੇ ਰੱਜ ਕੇ ਬੁੱਧੂ ਬਣਾਇਆ ਅਤੇ ਉਹਨਾਂ ਦਾ ਬ੍ਰੇਨ ਵਾਸ਼ ਕੀਤਾ। ਠੀਕ ਹੈ ਜੀ, ਐਵੇਂ ਦਾ ਹੀ ਇੱਕ ਕੁਤਰਕ ਇਹ ਬੰਦੇ ਕਰਦੇ ਆ ਜਿਹੜੇ ਇਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਜਿਹੜੇ ਚੇਲੇ ਬਾਲਕੇ ਆ, ਸ਼ਰਧਾਲੂ ਇਹਨਾਂ ਦੇ ਜਿਹੜੇ ਇਹਨਾਂ ਨੂੰ ਫੋਲੋ ਕਰਦੇ ਆ। ਸੋ ਅਸਲ ਦੇ ਵਿੱਚ ਇਹ ਕਹਿੰਦੇ ਤਾਂ ਹਰੇਕ ਬੰਦਾ ਇੱਦਾਂ ਹੁੰਦਾ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਹਾਂ, ਪਰ ਮੈਂ ਦਾਅਵੇ ਨਾਲ ਕਹਿੰਦਾ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਨਾਲ ਇਹਨਾਂ ਦਾ ਦੂਰ ਦੂਰ ਦਾ ਵੀ ਵਾਸਤਾ ਨਹੀਂ ਹੈਗਾ, ਅਤੇ ਇਹ ਸਿਰਫ ਅਤੇ ਸਿਰਫ ਇਸ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਜੁੜੇ ਹਾਂ, ਮਤਲਬ ਇਹਦੇ ਕੱਟੜ ਸ਼ਰਧਾਲੂ ਆ। ਸਰਸੇ ਵਾਲੇ ਦੇ ਚੇਲਿਆਂ ਦੇ ਨਾਲੋਂ ਵੀ ਚਾਰ ਕਦਮ ਇਹ ਅੱਗੇ ਆ, ਕਹਿਣ ਦਾ ਭਾਵ। ਸੋ ਇੱਦਾਂ ਦੀ ਹੀ ਕੁਤਰਕ ਇਹਦਾ ਜਿਹੜਾ ਸਾਥੀ ਹੈ ਨਿਊਜ਼ੀਲੈਂਡ ਵਾਲਾ ਨੇਕੀ, ਉਹ ਸਾਧਦਾ ਹੈ, ਉਹਦਾ ਕੰਮ ਹੈ ਸਿਰਫ ਦੰਦ ਮਿੰਟ ਕਿਸਾਨ ਨੂੰ ਭੰਡਣਾ, ਜਾਂ ਸਾਡੇ ਸਿੱਖ ਪੰਥ ਦੇ ਵਿੱਚ ਜਿਹੜੇ ਸ਼ਹੀਦ ਹੋਏ ਆ 84 ਦੇ ਵੇਲੇ, ਉਹਨਾਂ ਦੀ ਜਿਹੜੀ ਛਵੀ ਹੈ ਉਸ ਨੂੰ ਖਰਾਬ ਕਰਨ ਦੀ ਕੁਝ ਹੀ ਸਾਜਿਸ਼ ਉਹ ਬੰਦਾ ਹਰ ਟਾਈਮ ਆਪਣੇ ਰੇਡੀਓ 'ਤੇ ਕਰਦਾ, ਹੋਰ ਉਹਦਾ ਤੀਜਾ ਕੋਈ ਕੰਮ ਨਹੀਂ ਹੈ, ਸਿਰਫ ਉਹਦਾ ਇੱਕੋ ਹੀ ਕੰਮ ਆ। ਜਾਂ ਦਸਮ ਗ੍ਰੰਥ ਸਾਹਿਬ 'ਤੇ ਕੁਤਰਕ ਸਾਧਣੀ, ਗੁਰੂ ਇਤਿਹਾਸ ਉੱਤੇ ਸ਼ੰਕਾ, ਹਰ ਇੱਕ ਗੱਲ ਉੱਤੇ ਸ਼ੰਕਾ, ਮਤਲਬ ਕਹਿਣ ਦਾ ਇਹ ਆ ਵੀ
ਉਸ ਬੰਦੇ ਦਾ ਕੰਮ ਹੀ ਇਹ ਹੈ ਵੀ ਸਿੱਖਾਂ ਨੂੰ ਭੰਡਣਾ ਹੀ ਭੰਡਣਾ, ਚਾਹੇ ਕਿਸੇ ਤਰੀਕੇ ਨਾਲ ਭੰਡੇ। ਠੀਕ ਹੈ ਜੀ, ਉਹ ਆਪਣੀ ਨਿੱਜੀ ਰੰਜਿਸ਼ ਹੈ ਜਿਹੜੀ ਉਹ ਸਿੱਖ ਧਰਮ ਦੇ ਨਾਲ ਕੱਢ ਰਿਹਾ। ਹੁਣ ਇੱਦਾਂ ਦਾ ਹੀ ਇੱਕ ਕੁਤਰਕ ਇਹਦੇ ਚੇਲੇ ਆ ਜਿਹੜੇ ਇਹਨੂੰ ਸੁਣ ਕੇ ਦੇ ਰਹੇ ਹਾਂ। ਇਹਨਾਂ ਦਾ ਬੰਦਿਆਂ ਦਾ ਇਹ ਕਹਿਣਾ ਹੈ ਵੀ ਜਿਹੜੇ 84 ਦੇ ਵਿੱਚ ਸ਼ਹੀਦ ਹੋਏ ਆ ਸਾਰੇ ਹੀ, ਵੀ ਉਹਨਾਂ ਦੀ ਗਲਤੀ ਸੀਗੀ, ਮਤਲਬ ਸਾਡੀ ਆਪਣੀ ਗਲਤੀ ਸੀ ਵੀ ਆਪਣੀ ਗਲਤੀਆਂ ਕਾਰਨ ਲੋਕਾਂ ਦੇ ਮਤਲਬ ਪੁੱਤ ਮਰਵਾ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ। ਇਸ ਬੰਦਿਆਂ ਦਾ ਇਹ ਕਹਿਣਾ ਜਿਹੜੇ ਇਹਦੇ ਸ਼ਰਧਾਲੂ ਆ ਨੇਕੀ ਅਤੇ ਢੱਡਰੀਆਂ ਵਾਲੇ, ਇਹਨਾਂ ਦਾ ਕਹਿਣਾ ਹੈ ਵੀ ਇਹਨਾਂ ਨੇ ਕੌਮ ਮਰਵਾ ਦਿੱਤੀ 84 ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਨਾ ਡੰਗਰ ਕਨੇਡਾ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਤੁਹਾਡਾ ਕੋਈ ਮਰਿਆ, ਵੀ ਜੇ ਤਾਂ ਤੁਹਾਡਾ ਕੋਈ ਮਰਿਆ, ਕੋਈ ਸ਼ਹੀਦ ਹੋਇਆ, ਉਹ ਦੱਸੋ। ਘਰ ਬੈਠ ਕੇ ਸੋਸ਼ਲ ਮੀਡੀਆ ਉੱਤੇ ਤੁਹਾਡੇ ਹੱਥਾਂ ਵਿੱਚ ਫੋਨ ਫੜੇ ਹੋਏ ਆ ਤੁਸੀਂ, ਹੈ ਨਾ, ਜੋ ਮਨ ਦੇ ਵਿੱਚ ਆਉਂਦਾ ਸੋ ਤੁਸੀਂ ਉੱਥੇ ਸਟੇਟਮੈਂਟ ਦੇ ਦਿੰਦੇ ਆ, ਬਿਨਾਂ ਗੱਲ ਤੋਂ, ਬਿਨਾਂ ਕੁਝ ਪੜ੍ਹੇ, ਬਿਨਾਂ ਕੁਝ ਲਿਖੇ, ਬਿਨਾਂ ਕੁਝ ਇਤਿਹਾਸ ਵਾਚੇ ਆਪਣਾ। ਠੀਕ ਹੈ, ਉਹ ਕੌਮ ਦੇ ਸ਼ਹੀਦਾਂ ਨੂੰ ਤੁਸੀਂ ਕਹਿੰਦੇ ਵੀ ਉਹ ਮਰਵਾ ਤੇ ਜਾਂ ਮਾਵਾਂ ਦੇ ਪੁੱਤ ਮਰਵਾ ਤੇ। ਹੁਣ ਜੇ ਤੁਸੀਂ ਇਹ ਤਰਕ ਕਰਦੇ ਆ ਵੀ ਉਸ ਟਾਈਮ ਜੋ ਘਾਣ ਹੋਇਆ ਉਹ ਨਜਾਇਜ਼ ਮਰੇ ਆ, ਮਤਲਬ ਸੰਤਾਂ ਨੇ ਮਰਵਾ ਤੇ ਸੀਗੇ, ਤਾਂ ਹੈਰਾਨਗੀ ਦੀ ਗੱਲ ਹੁੰਦੀ। ਆਪਣਾ ਇਤਿਹਾਸ ਬਾਚੋ, ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਜਿੰਨੇ ਜੰਗ ਲੜੇ ਆ ਸਿੰਘ ਤਾਂ ਉਹਨਾਂ ਵਿੱਚ ਵੀ ਸ਼ਹੀਦ ਹੋਏ ਆ, ਕੱਲ੍ਹ ਤੁਸੀਂ ਕਹਿਣਾ ਵੀ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਮਾਵਾਂ ਦੇ ਪੁੱਤ ਮਰਵਾ ਤੇ। ਸੋ ਇੱਦਾਂ ਦਾ ਦਿਮਾਗ ਹੈ ਤੁਹਾਡਾ, ਮਤਲਬ ਇਹਨਾਂ ਬੰਦੇ ਦਾ ਇੱਦਾਂ ਘਟੀਆ ਮਾਨਸਿਕਤਾ ਚੱਕੀ ਫਿਰਦੇ ਆ ਇਹ ਬੰਦੇ, ਇਹਦੇ ਚੇਲੇ ਨੇਕੀ ਦੇ ਅਤੇ ਢੱਡਰੀਆਂ ਵਾਲੇ ਦੇ। ਠੀਕ ਹੈ ਜੀ, ਇਹ ਇਹਨਾਂ ਦਾ ਕਹਿਣਾ ਹੈ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਮਾਵਾਂ ਦੇ ਪੁੱਤ ਮਰਵਾਏ। ਹੈਰਾਨਗੀ ਹੁੰਦੀ ਹੈ, ਅੱਜ ਤੱਕ ਜਿਹੜੇ ਸ਼ਹੀਦ ਪਰਿਵਾਰ ਹੈ ਸਾਨੂੰ ਮਿਲਣ ਦਾ ਮੌਕਾ ਵੀ ਮਿਲਦਾ, ਅਸੀਂ ਮਿਲੇ, ਅੱਜ ਤੱਕ ਕਿਸੇ ਨੇ ਇਹ ਨਹੀਂ ਕਿਹਾ ਵੀ ਸੰਤਾਂ ਨੇ ਸਾਡਾ ਮਤਲਬ ਪੁੱਤ ਮਰਵਾ ਤਾ ਜਾਂ ਕੋਈ ਵੀ ਘਰ ਦਾ ਮੈਂਬਰ ਮਰਵਾ ਤਾ। ਸੰਤਾਂ ਨੇ ਬਕਾਇਦਾ ਇਹ ਗੱਲ ਕਹੀ ਹੈ ਵੀ ਭਾਈ ਜਿਹਨੇ ਰੁਕਣਾ ਰੁਕ ਜਾਓ, ਜਿਹਨੇ ਜਾਣਾ ਇੱਥੋਂ ਜਾ ਸਕਦਾ ਜਦੋਂ ਅਟੈਕ ਹੋਇਆ। ਠੀਕ ਹੈ ਜੀ, ਉਹਨਾਂ ਨੇ ਕੋਈ ਬਾਹਾਂ 'ਤੇ ਫੜ ਫੜ ਕੇ ਨਹੀਂ ਖਿੱਚਿਆ ਕਿਸੇ ਨੂੰ, ਉਹ ਕੌਮੀ ਪ੍ਰਵਾਨੇ ਸੀਗੇ ਜੋ ਸ਼ਹਾਦਤਾਂ ਪਾ ਕੇ, ਸ਼ਹਾਦਤਾਂ ਪਾ ਕੇ ਤੁਹਾਡੀ ਜਿਹੜੀ ਪੰਥ ਦੀ ਪੱਗ ਹੈ ਉਹਨੂੰ ਬਰਕਰਾਰ ਰੱਖਿਆ ਉਹਨਾਂ ਨੇ, ਐਡੀਆਂ ਸ਼ਹੀਦੀਆਂ ਦਿੱਤੀਆਂ ਉਹਨਾਂ ਨੇ, ਅਤੇ ਤੁਸੀਂ ਉਹਨਾਂ ਨੂੰ ਕਹਿੰਦੇ ਇਹਨਾਂ ਨੇ ਮਾਵਾਂ ਦੇ ਪੁੱਤ ਮਰਵਾ ਤੇ, ਲੱਖ ਦੀ ਲਾਂਹ ਤੇ ਤੁਹਾਡੇ ਉੱਤੇ ਯਾਰ। ਸੋ ਤੁਸੀਂ ਇੰਨਾ ਕੁ ਧੜੇਬੰਦੀ ਦੇ ਨਾਲ ਜੁੜ ਕੇ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਤੁਸੀਂ ਕੌਮ ਦੇ ਸ਼ਹੀਦਾਂ ਦਾ ਸਤਿਕਾਰ ਕਿਵੇਂ ਕਰਨਾ, ਤੁਸੀਂ ਉਹਨਾਂ ਦੇ ਨਾਲ ਲੱਗ ਕੇ ਮਗਰ ਲੱਗ ਕੇ ਬਿਨਾਂ ਕੁਛ ਜਾਂਚੇ ਪੜਤਾਲ ਜਾਂਚ ਪੜਤਾਲ ਕੀਤੇ ਤੁਸੀਂ ਆਪਣੀਆਂ ਸਟੇਟਮੈਂਟਾਂ ਦਾਗ ਦਿੰਦੇ ਹੋ ਫੇਸਬੁੱਕ ਦੇ ਉੱਤੇ ਬੈਠੇ, ਅਤੇ ਸਭ ਤੋਂ ਵੱਡੀ ਗੱਲ ਹੈ ਤੁਸੀਂ ਕਰਿਆ ਕਤਰਿਆ ਕੱਖ ਨਹੀਂ ਹੈ ਯਾਰ। ਤੁਹਾਡੀ ਕੋਈ ਦੇਣ ਹੀ ਹੋਵੇ ਪੰਥ ਨੂੰ ਵੀ ਹਾਂ ਅਸੀਂ ਇਹ ਪੰਥ ਵਾਸਤੇ ਕੀਤਾ, ਕੋਈ ਕੁਰਬਾਨੀ ਕੀਤੀ ਆ, ਤੁਸੀਂ ਡੱਕਾ ਨਹੀਂ ਤੋੜਦੇ, ਹੈ ਨਾ, ਧੇਲੇ ਦਾ ਤੁਸੀਂ ਕੋਈ ਕੰਮ ਨਹੀਂ ਕੀਤਾ ਹੈਗਾ ਸਿੱਖ ਪੰਥ ਲਈ, ਅਤੇ ਤੁਸੀਂ ਸ਼ਹੀਦਾਂ ਨੂੰ ਭੰਡਣ ਲੱਗ ਪਏ ਯਾਰ ਲੱਖ ਦੀ ਲਾਂਹ 'ਤੇ ਤੁਹਾਡੇ ਉੱਤੇ। ਠੀਕ ਹੈ, ਹੁਣ ਇਹਨਾਂ ਦਾ ਕਹਿਣਾ ਵੀ ਸੰਤਾਂ ਨੇ ਕਹਿੰਦੇ ਇਹਨਾਂ ਪੁੱਤ ਮਰਵਾ ਤੇ, ਹੈ ਨਾ, ਪਰ ਉਦੋਂ ਤੁਹਾਡੀ ਜਵਾਨ ਦਿਮਾਗ ਕਿਉਂ ਨਹੀਂ ਸੋਚਦਾ ਜਦੋਂ ਇਹਨਾਂ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਦਾ ਦਰਜਾ ਦਿੱਤਾ ਗਿਆ 47 ਤੋਂ ਬਾਅਦ? ਉਦੋਂ ਕਹਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀਗੇ, ਦੱਸਣ ਇਹ ਬੰਦੇ 1955 ਦੇ ਵਿੱਚ ਜਿਹੜੇ ਹਮਲੇ ਹੋਏ ਗੁਰਦੁਆਰਿਆਂ ਦੇ ਉੱਤੇ, 2000 ਗੋਲੀਆਂ ਵਰੀਆਂ, ਉਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀਗੇ ਕਿਤੇ? ਉਦੋਂ ਕਿੱਥੇ ਸੀ ਸੰਤ? ਉਦੋਂ ਵੀ ਤਾਂ ਸ਼ਹੀਦ ਹੋਏ ਆ। ਦੱਸੋ ਮੈਨੂੰ, ਤੁਹਾਡੇ ਪੰਜਾਬ ਦਾ ਪਾਣੀ ਖੋਇਆ ਗਿਆ, ਚੰਡੀਗੜ੍ਹ ਖੋਇਆ ਗਿਆ, ਸਾਰਾ ਕੁਛ ਤੁਹਾਡੇ ਕੋਲ ਲੁੱਟਿਆ ਗਿਆ, ਪੰਜਾਬੀ ਬੋਲੀ ਦੀ ਤੁਸੀਂ ਇਹਨਾਂ ਨੇ ਮਤਲਬ ਰੱਦ ਕੀਤੀ ਮਾਨਤਾ, ਹੈ ਨਾ, ਪੰਜਾਬੀ ਬੋਲਦੇ ਸੂਬੇ ਵੀ ਤੁਹਾਡੇ ਕੋਲੋਂ ਖੋਏ ਗਏ ਆ। ਉਦੋਂ ਕੀ ਸਾਡੇ ਰਹਿੰਦੇ ਭਿੰਡਰਾਂ ਵਾਲਿਆਂ ਨੇ ਖੁਆਤੇ ਸੀਗੇ? ਪਾਣੀਆਂ 'ਤੇ ਪੰਜਾਬ ਦਾ ਹੱਕ ਹੈ,
ਉਹ ਵੀ ਸੰਤ ਜਰਨੈਲ ਸਿੰਘ ਦੇ ਕਾਰਨ ਹੋਇਆ ਸੀਗਾ। ਦੱਸਣ ਇਹ ਬੰਦੇ ਹੱਦ ਹੁੰਦੀ ਹੈ ਯਾਰ ਕਿਸੇ ਗੱਲ ਦੀ, ਹੈ ਨਾ। ਮਤਲਬ ਤੁਸੀਂ ਇਹਨਾਂ ਬੰਦਿਆਂ ਨੇ ਮਗਰ ਲਾ ਕੇ, ਇਹਨਾਂ ਦਾ ਤਾਂ ਕੰਮ ਹੀ ਇਹ ਹੈ ਕਿਉਂਕਿ ਇਹਨਾਂ ਦੀ ਨਿੱਜੀ ਰੰਜਿਸ਼ ਹੈ ਦਮਦਮੀ ਟਕਸਾਲ ਦੇ ਨਾਲ, ਠੀਕ ਹੈ। ਇਹਨਾਂ ਦੀ ਨਿੱਜੀ ਰੰਜਿਸ਼ ਦੇ ਵਿੱਚ ਇਹਨਾਂ ਲੋਕਾਂ ਨੇ ਬੀੜਾ ਚੁੱਕਿਆ ਹੋਇਆ ਵੀ ਦਮਦਮੀ ਟਕਸਾਲ ਦੇ ਸ਼ਹੀਦ ਹੈ ਜਿਹੜੇ। ਹੁਣ ਤਾਂ ਚਲੋ ਦਮਦਮੀ ਟਕਸਾਲ ਤੱਕ ਨਹੀਂ ਰਹੀ ਇਹ ਗੱਲ, ਇਹਨਾਂ ਦਾ ਤਾਂ ਸਾਰੇ ਹੀ ਸਿੱਖ ਪੰਥ ਨਾਲ ਵੈਰ ਹੈ। ਇਹ ਇਕੱਲੇ ਟਕਸਾਲ ਦੇ ਸਿੰਘਾਂ ਨੂੰ ਨਹੀਂ ਭੰਡਦੇ ਹੈਗੇ, ਇਹ ਤਾਂ ਸਾਰੇ ਹੀ ਸਿੱਖ ਪੰਥ ਦੇ ਵਿੱਚ ਜੋ ਜੋ ਵੀ ਗਤੀਵਿਧੀਆਂ ਹੋਈਆਂ, ਜਿਹੜੀਆਂ ਸ਼ਹੀਦੀਆਂ ਹੋਈਆਂ, ਉਹਨਾਂ ਸਾਰੀਆਂ ਉੱਤੇ ਉਂਗਲ ਚੁੱਕਦੇ ਆ ਬੰਦੇ। ਅਤੇ ਜਿਹੜੇ ਦੇ ਚੇਲੇ ਵਾਲ ਕੇ ਇੱਦਾਂ ਫੇਸਬੁੱਕ ਉੱਤੇ ਕਹਿੰਦੇ ਵੀ ਮਾਮਾ ਦੇ ਪੁੱਤ ਮਰਵਾ ਤੇ, ਤਾਂ ਮੈਨੂੰ ਇਹ ਗੱਲ ਦਾ ਜਵਾਬ ਦੇਣ ਬੰਦੇ ਕਿ ਤੁਹਾਡਾ ਕੋਈ ਮਰਿਆ ਡੰਗਰੋ? ਤੁਸੀਂ ਮੂੰਹ ਚੱਕ ਕੇ ਲੱਗ ਤਾਂ ਪੈਂਦੇ ਆ ਭੌਂਕਣ ਬਿਨਾਂ ਗੱਲ ਤੋਂ, ਬਿਨਾਂ ਕੁਝ ਜਾਂਚ ਕੀਤੇ, ਬਿਨਾਂ ਕੁਛ ਪੜਤਾਲ ਕੀਤੇ। ਅਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਜਿਹਨਾਂ ਨੂੰ ਤੁਸੀਂ ਕਹਿੰਦੇ ਨਾ ਕੌਮ ਦੇ ਪੁੱਤਾਂ ਵਾਸਤੇ, ਉਹਨਾਂ ਦੇ ਹੀ ਕਾਰਨ ਅਜੇ ਸਾਡੇ ਸਿਰ 'ਤੇ ਪੱਗਾਂ ਹੈ, ਠੀਕ ਹੈ। ਅਤੇ ਤੁਸੀਂ ਅੱਜ ਬੋਲਦੇ ਹਾਂ ਸੋਸ਼ਲ ਮੀਡੀਆ ਉੱਤੇ, ਭੌਂਕਦੇ ਹਾਂ, ਇਹ ਉਹਨਾਂ ਦੇ ਕਾਰਨ ਭੌਂਕਦੇ ਹਾਂ। ਨਹੀਂ ਤੁਹਾਡੇ ਵੀ ਜਨੇਊ ਪਏ ਵੇ ਹੁੰਦੇ। ਅਤੇ ਦੂਜੀ ਗੱਲ, ਇੱਕ ਜਿਹੜੀ ਮੇਨ ਗੱਲ ਹੈਗੀ ਹੈ ਵੀ ਪਹਿਲਾਂ ਤਾਂ ਤੁਸੀਂ ਇਹ ਸੋਚੋ ਯਾਰ ਵੀ ਕੌਮ ਦੇ ਵਿੱਚ ਜਦੋਂ ਜੰਗਾਂ ਲੱਗਦੀਆਂ, ਲੜਾਈਆਂ ਹੁੰਦੀਆਂ, ਤਾਂ ਉਦੋਂ ਸ਼ਹਾਦਤਾਂ ਹੁੰਦੀਆਂ ਹੀ ਹੁੰਦੀਆਂ। ਉਹ ਜੰਗ ਕਾਹਦੇ ਵਾਸਤੇ ਹੁੰਦੀ ਹੈ? ਜੰਗ ਦੇ ਵਿੱਚ ਲੜਾਈਆਂ ਹੀ ਹੁੰਦੀਆਂ, ਉਹ ਬੰਦੇ ਹੀ ਮਰਦੇ ਆ, ਇੱਧਰੋਂ ਮਰਦੇ ਕੁਛ, ਉੱਧਰੋਂ ਮਰਦੇ ਆ। ਅਤੇ ਬਲਕਿ ਇਤਿਹਾਸ ਦੇ ਵਿੱਚ ਕੋਈ ਵੀ ਐਸੀ ਜੰਗ ਦੱਸ ਦਿਓ ਕਿਤੇ ਸਿੰਘਾਂ ਨੇ ਪਹਿਲ ਕੀਤੀ ਹੋਵੇ। 84 ਦੇ ਵਿੱਚ ਵੀ ਟੈਂਕ ਚੜ੍ਹ ਕੇ ਆਏ ਆ, ਜੇ ਉਦੋਂ ਸਾਡੇ ਸਿੰਘ ਚੁੱਪ ਕਰਕੇ ਬੈਠ ਜਾਂਦੇ ਅੱਜ ਤੱਕ ਤਾਨੇ ਮਿਹਣੇ ਵੱਜਣੇ ਸੀ, ਠੀਕ ਆ। ਹੈਰਾਨਗੀ ਹੁੰਦੀ ਹੈ ਯਾਰ, ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਸਾਡੀ ਇੱਜ਼ਤ ਆਬਰੂ ਲਈ, ਠੀਕ ਆ। ਅਤੇ ਤੁਸੀਂ ਉਹਨਾਂ ਨੂੰ ਕਹਿੰਦੇ ਆ ਤੁਸੀਂ ਇਹਨਾਂ ਦੇ, ਇਹਨਾਂ ਨੇ ਮਾਵਾਂ ਦੇ ਪੁੱਤ ਮਰਵਾ ਤੇ, ਜਿਹੜਾ ਤੁਹਾਡਾ ਕੋਈ ਸ਼ਹੀਦ ਹੋਇਆ, ਤੁਹਾਡਾ ਕੋਈ ਮਰਿਆ, ਫਿਰ ਤਾਂ ਤੁਸੀਂ ਗੱਲ ਕਰੋ ਆ ਕੇ। ਅਤੇ ਨਾਲੇ ਸੋਸ਼ਲ ਮੀਡੀਆ ਉੱਤੇ ਕੀ ਗੱਲਾਂ ਕਰਨੀਆਂ ਇਹਨਾਂ ਮੁੱਦਿਆਂ ਉੱਤੇ, ਜੇ ਤੁਸੀਂ ਵਿਚਾਰ ਕਰਨੀ ਤਾਂ ਆਓ ਬੈਠੋ ਮੈਦਾਨ ਦੇ ਵਿੱਚ, ਉਦੋਂ ਤੁਹਾਡੀਆਂ ਘੀਸੀਆਂ ਹੋ ਜਾਂਦੀਆਂ। ਜਦੋਂ ਤੁਹਾਨੂੰ ਕੋਈ ਵਿਚਾਰ ਚਰਚਾ ਲਈ ਕਹਿ ਦੇ ਵੀ ਆ ਜਾਓ ਬੈਠੋ, ਉਦੋਂ ਤੁਸੀਂ ਫੋਨ ਨੰਬਰ ਤੱਕ ਨਹੀਂ ਦਿੰਦੇ ਹੈਗੇ ਵੀ ਫੋਨ ਨੰਬਰ 'ਤੇ ਤੁਸੀਂ ਫੋਨ 'ਤੇ ਵਿਚਾਰ ਕਰ ਲਓ, ਕਿਉਂਕਿ ਲੱਤਾਂ ਭਾਰ ਨਹੀਂ ਚੱਲਦੀਆਂ ਤੁਹਾਡੀਆਂ, ਖੁਸ ਰਹੇ ਹਾਂ ਤੁਸੀਂ, ਹੋਰ ਕੁਝ ਨਹੀਂ ਹੈ। ਸਿੰਘਾਂ ਦਾ ਕੰਮ ਛੱਤਰੀ ਕੇ ਪੂਤ ਹੈ ਬਾਹਮਣ ਕੇ ਨਹੀਂ, ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰਨਾ, ਠੀਕ ਹੈ। ਪਹਿਲਾਂ ਵਾਰ ਨਹੀਂ ਕਰਨਾ, ਜਦੋਂ ਤੁਹਾਡੀ ਕੋਈ ਪੱਗ ਉੱਤੇ ਇੱਜ਼ਤ 'ਤੇ ਹੱਥ ਪਾਵੇ ਵੀ ਤੁਸੀਂ, ਤੁਹਾਡੇ ਵਰਗੇ ਤਾਂ ਜੇ ਮੈਂ ਕਹਿੰਦਾ ਜੇ ਤੁਹਾਡੇ ਵਰਗੇ ਹੁੰਦੇ ਉੱਥੇ, ਮੈਂ ਕਹਿੰਦਾ ਤੁਹਾਡੇ ਤਾਂ ਮੂਹਰੇ 'ਤੇ ਖੜ੍ਹ ਕੇ ਤੁਹਾਡੇ ਮੂੰਹ 'ਤੇ ਕੋਈ ਥੱਪੜ ਮਾਰੇ ਤਾਂ ਤੁਸੀਂ ਵੀ ਹੱਥ ਬੰਨ ਦੇਣੇ, ਹੈ ਨਾ। ਇਹ ਤਾਂ ਨਹੀਂ ਸਿਖਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ? ਇਹ ਜਿਹੜੀਆਂ ਕਿਰਪਾਨਾਂ ਪਾਈਆਂ, ਤਲਵਾਰਾਂ ਪਾਈਆਂ, ਸ੍ਰੀ ਸਾਹਿਬਾਂ ਪਾਈਆਂ, ਕਾਹਦੇ ਵਾਸਤੇ ਪਾਈਆਂ? ਇਹ ਦਿਖਾਵੇ ਲਈ ਪਾਈਆਂ? ਮੈਂ ਕਹਿੰਦਾ ਤੁਹਾਡੇ ਲਈ ਨਹੀਂ ਹੈਗੀਆਂ, ਤੁਹਾਡੇ ਵੱਸ ਦਾ ਰੋਗ ਨਹੀਂ ਹੈਗਾ ਇਹ, ਤੁਸੀਂ ਤਾਂ ਉਹ ਕੰਮ ਹੈ ਵੀ ਹਾਂ ਜਿਗਣਾ ਵੀ ਕਹਿ ਲਈਏ ਵੀ ਤੁਹਾਡੇ ਤਾਂ ਕੋਈ ਥੱਪੜ ਮਾਰੇ ਆ ਕੇ ਤੁਸੀਂ ਤਾਂ ਦੂਜੀ ਗੱਲ ਵੀ ਅੱਗੇ ਕਰ ਦੇਣੀ ਹੈ, ਤੁਸੀਂ ਤਾਂ ਫਿਰ ਗਾਂਧੀ ਵਾਦੀ ਹੋ ਇਹਦਾ ਮਤਲਬ, ਹੈ ਨਾ। ਜੇ ਇਸ ਹਿਸਾਬ ਨਾਲ ਗੱਲ ਕਰੀਏ ਤੁਹਾਡਾ ਤਾਂ ਖਾਲਸੇ ਨਾਲ ਦੂਰ ਦੂਰ ਦਾ ਵਾਸਤਾ ਨਹੀਂ ਹੈਗਾ ਜਿਹੜੇ ਬੰਦੇ ਇੱਦਾਂ ਕਰਦੇ ਆ। ਤੁਹਾਡੀ ਘਰ ਦੇ ਵਿੱਚ ਵੜ ਕੇ ਤੁਹਾਡੀ ਕੋਈ ਇੱਜ਼ਤ ਨੂੰ ਹੱਥ ਪਾਵੇ ਤਾਂ ਤੁਸੀਂ ਚੁੱਪ ਕਰਕੇ ਬੈਠੋਗੇ? ਦੱਸਣ ਇਹ ਬੰਦੇ ਮੈਨੂੰ ਇਹਦੇ ਚੇਲੇ, ਜੇ ਤਾਂ ਤੁਸੀਂ ਚੁੱਪ ਕਰਕੇ ਬੈਠ ਕੇ ਆਪਣਾ ਸਾਰੀ ਇੱਜ਼ਤ ਲੁੱਟਦੀ ਦੇਖ ਸਕਦੇ ਆ, ਫਿਰ ਤਾਂ ਸ੍ਰੀ ਸਾਹਿਬਾਂ ਤੁਹਾਡੇ ਲਾਇਕ ਨਹੀਂ ਹੈਗੀ, ਇਹਨਾਂ ਨੂੰ ਤਾਰ ਦਿਉ, ਜਿਹੜੇ ਖਾਲਸੇ ਦੇ ਕਕਾਰ ਹੈ ਇਹਨਾਂ ਨੂੰ ਵਾਪਸ ਕਰ ਦਿਉ, ਆਪਣੇ ਆਨੰਦ ਮਾਣੋ, ਜੋ ਮਰਜ਼ੀ ਕਰੋ। ਕੋਈ ਸ਼ਰਮ ਕਰੀਦੀ ਹੁੰਦੀ ਆ, ਕੌਮ ਦੇ ਸ਼ਹੀਦ ਹੈ ਅਤੇ ਨਾਲੇ ਜਿਨ੍ਹਾਂ ਨੂੰ ਉਹ ਭੰਡਦਾ ਨਾ ਨੇਕੀ, ਉਹਨਾਂ ਦੀ ਯਾਦਗਾਰ ਤਾਂ ਦਰਬਾਰ ਸਾਹਿਬ ਦੇ ਵਿੱਚ ਬਣੀ ਹੋਈ ਹੈ, ਸੁਨਹਿਰੀ ਅੱਖਰਾਂ ਦੇ ਵਿੱਚ ਨਾਮ ਲਿਖ ਹੋਇਆ ਵਾ ਉਹਨਾਂ ਦਾ, ਠੀਕ ਹੈ। ਅਤੇ ਹੁਣ ਸ਼ਹੀਦੀ ਗੈਲਰੀ ਵੀ ਬਣ ਜਾਣੀ ਆ,
ਇਹ ਜਦੋਂ ਤੱਕ ਦਰਬਾਰ ਸਾਹਿਬ ਹੈ, ਹਰਿਮੰਦਰ ਸਾਹਿਬ ਹੈ, ਉਦੋਂ ਤੱਕ ਉਹਨਾਂ ਦੀ ਯਾਦਗਾਰ ਉੱਥੇ ਰਹਿਣੀ ਆ। ਅਤੇ ਤੁਹਾਡੇ ਵਰਗੇ ਕਈ ਆਏ, ਕਈ ਚਲੇ ਗਏ, ਉਹਨਾਂ ਦੇ ਪਹਿਲਾਂ ਵੀ ਜੁੱਤੀਆਂ ਪੈਂਦੀਆਂ ਸੀ, ਅੱਜ ਵੀ ਜੁੱਤੀਆਂ ਪੈਂਦੀਆਂ ਅਤੇ ਪੈਂਦੀਆਂ ਰਹਿਣੀਆਂ। ਗੁਰੂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਆਏ ਆ ਅਤੇ ਤੁਹਾਡੇ ਵੀ ਕਾਲੇ ਹੋ ਰਹੇ ਹੈ। ਸਵੇਰੇ ਉੱਠ ਕੇ 100 ਗਾਲ ਤੁਹਾਨੂੰ ਬੰਦਾ ਕੱਢਦਾ ਵੀ ਇਹ ਕੋਈ ਬੰਦੇ ਆ। ਮੈਂ ਕਹਿੰਦਾ ਤੁਹਾਡੇ ਹੱਥ ਵਿੱਚ ਇੱਕ ਬਾਗਡੋਰ ਹੋਵੇ ਕਿਸੇ ਚੀਜ਼ ਦੀ, ਤੁਸੀਂ ਤਾਂ ਮਿੰਟ ਲਾਉਣਾ ਉਹਨੂੰ ਗਵਾਉਣ ਵਾਸਤੇ। ਤੁਸੀਂ ਕਹਿੰਦੇ ਮਾਮਾ ਦੇ ਪੁੱਤ ਮਰਵਾਤੇ, ਜਦੋਂ ਜੰਗਾਂ ਲੱਗਦੀਆਂ ਉਦੋਂ ਬੰਦੇ ਮਰਦੇ ਹੀ ਹੁੰਦੇ ਆ, ਠੀਕ ਹੈ ਨਾ। ਅਤੇ ਉਹ ਯੋਧਿਆਂ ਨੂੰ ਫਕਰ ਹੈ, ਉਹਨਾਂ ਦੇ ਪਰਿਵਾਰਾਂ ਨੂੰ ਵੀ ਫਕਰ ਹੈ। ਕਿਤੇ ਸਿੰਘ ਸ਼ਹੀਦ ਦੇ ਪਰਿਵਾਰ ਨੇ ਅੱਜ ਤੱਕ ਇਹ ਨਹੀਂ ਕਿਹਾ ਹੈਗਾ ਵੀ ਸਾਡੇ ਸੰਤਾਂ ਨੇ ਪੁੱਤ ਮਰਵਾਏ ਆ, ਠੀਕ ਹੈ। ਅਮਾਣ ਕਰਦੇ ਆ, ਉਹਨਾਂ ਦਾ ਆਦਰ ਸਤਿਕਾਰ ਹੈ ਪੰਥ ਦੇ ਵਿੱਚ, ਠੀਕ ਹੈ ਜੀ, ਉਹਦੀ ਪੁੱਛ ਪ੍ਰਤੀਤ ਹੁੰਦੀ ਆ। ਸੋ ਇਹ ਨਿਹਾਇਤ ਬੇਵਕੂਫੀਆਂ ਦੀਆਂ ਗੱਲਾਂ ਨੇ ਤੁਹਾਡੀਆਂ। ਜੇ ਤੁਹਾਨੂੰ ਲੱਗਦਾ ਨਾ ਵੀ ਮਾਮਾ ਦੇ ਪੁੱਤ ਮਰਵਾ ਅਤੇ ਹਥਿਆਰਾਂ ਦਾ ਯੁੱਗ ਨਹੀਂ ਹੈ ਅੱਜ, ਤਾਂ ਚੁੱਪ ਚਾਪ ਕਰਕੇ ਆਪਣੇ ਕਕਾਰ ਖੋਲ੍ਹੋ ਅਤੇ ਖਾਲਸੇ ਨੂੰ ਵਾਪਸ ਕਰ ਦਿਉ ਅਤੇ ਆਪਣਾ ਜੋ ਮਰਜ਼ੀ ਕਰੋ, ਆਨੰਦ ਮੰਗਲ ਲਓ। ਕੋਈ ਲੈਣਾ ਦੇਣਾ ਨਹੀਂ ਤੁਹਾਡਾ ਸਿੱਖ ਪੰਥ ਦੇ ਨਾਲ, ਜੇ ਇਹ 3 ਸਟੇਟਮੈਂਟਾਂ ਦੇਣੀਆਂ, ਠੀਕ ਹੈ ਜੀ। ਸੋ ਇਹ ਜਵਾਬ ਸੀਗਾ ਇਹਨਾਂ ਨੂੰ, ਇਹ ਚਵਲਾਂ ਨੂੰ, ਸਿਰੇ ਦੀਆਂ ਨੂੰ, ਵੀ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨਹੀਂ ਸੀਗੇ ਉਦੋਂ ਵੀ ਤਾਂ ਹਮਲੇ ਹੁੰਦੇ ਸੀਗੇ, ਉਦੋਂ ਵੀ ਤਾਂ ਹਮਲੇ ਹੋਏ ਆ। 1955 ਦੇ ਵਿੱਚ ਹੋਇਆ ਉਦੋਂ। ਸੋ ਇੱਦਾਂ ਦੀਆਂ ਬੇਵਕੂਫੀਆਂ ਭਰੀਆਂ ਗੱਲਾਂ ਇਹਦੇ ਚੇਲੇ ਕਰਦੇ ਆ ਢੱਡਰੀਆਂ ਵਾਲੇ ਦੇ ਆ ਹਨੇਕ ਸਿੰਘ ਨੇਕੀ ਦੇ। ਤੁਸੀਂ ਇਹਨਾਂ ਦੀ ਮਾਨਸਿਕਤਾ ਜਿਹੜੀ ਕਿੱਥੇ ਕੁ ਖਲੋਤੀ ਹੈ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਵੀ ਇਹ ਬੰਦੇ ਇਹ ਸੰਭਾਲਣਗੇ ਕੌਮ ਨੂੰ, ਜਾਂ ਕੋਈ ਦੇ ਸਕਦੇ ਸਿੱਖ ਪੰਥ ਨੂੰ ਇੱਦਾਂ ਦੇ ਬੰਦੇ। ਪਰ ਹੈਰਾਨਗੀ ਹੁੰਦੀ ਇਸ ਚੀਜ਼ ਦੀ ਜਦੋਂ ਫਿਰ ਜਦੋਂ ਇਹ ਗਲਤ ਬੋਲਦੇ ਆ ਉਹ ਦਮਦਮੀ ਟਕਸਾਲ ਵਾਲੇ ਫੜ ਕੇ ਫਿਰ ਜਦੋਂ ਧੌੜੀ ਲਾਉਂਦੇ ਆ ਫਿਰ ਮਾਫੀਆਂ ਮੰਗ ਕੇ ਤੁਸੀਂ ਖੇੜਾ ਛਡਾਉਂਦੇ ਆ। ਵਾਹ ਯੋਧੇ ਹੋ, ਹੈ ਨਾ। ਇਹ ਤਾਂ ਨਹੀਂ ਸਿਖਾਇਆ ਜੀ ਗੁਰੂ ਪਾਤਸ਼ਾਹ ਨੇ। ਤੁਸੀਂ ਕਹਿੰਦੇ ਅਸੀਂ ਗੁਰੂ ਪਾਤਸ਼ਾਹ ਦੇ ਰਾਹ ਉੱਤੇ ਚੱਲਦੇ ਹਾਂ, ਤੁਸੀਂ ਰਾਹ ਉੱਤੇ ਤੁਸੀਂ ਤਾਂ ਉਹਨਾਂ ਨੂੰ ਭੰਡਣ ਲੱਗੇ ਹੋਏ ਆ। ਤੁਸੀਂ ਤਾਂ ਸਿੱਖ ਇਤਿਹਾਸ ਨੂੰ ਨਹੀਂ ਮੰਨਦੇ, ਜਿਹੜੇ ਜਿਸ ਇਤਿਹਾਸ ਨੂੰ ਪੜ੍ਹ ਕੇ ਸਾਡੇ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਅੱਜ ਤੱਕ, ਉਹ ਸਿੱਖ ਇਤਿਹਾਸ ਦੁਨੀਆਂ ਦੇ ਸੁਨਹਿਰੀ ਅੱਖਰਾਂ ਦੇ ਵਿੱਚ ਦੁਨੀਆਂ 'ਚ ਜਿਹੜਾ ਇਤਿਹਾਸਕਾਰਨ ਹੈ ਇਹਦਾ ਨਾਂ ਸਿੱਖ ਇਤਿਹਾਸ ਜੋ ਲਿਖਿਆ ਸੁਨਹਿਰੀ ਅੱਖਰਾਂ ਵਿੱਚ ਲਿਖ ਹੋਇਆ ਵਾ ਇਹ, ਠੀਕ ਹੈ। ਚੰਨ ਦੇ ਥੁੱਕਣ ਦੇ ਨਾਲ ਚੰਨ ਨੂੰ ਕੋਈ ਫਰਕ ਨਹੀਂ ਪੈਂਦਾ, ਇਹ ਥੁੱਕ ਤੁਹਾਡੇ 'ਤੇ ਪੈ ਰਿਹਾ ਹੈ, ਤੁਹਾਡੇ 'ਤੇ ਪੈਣਾ ਹੈ। ਸੋ ਇੱਦਾਂ ਦੀਆਂ ਕੁਤਰਕਾਂ ਦੇ ਜਵਾਬ ਸੀਗੇ ਇਹਨਾਂ ਦੇ ਜਿਹੜੇ ਚੇਲੇ ਆ ਜਿਹੜੇ ਕਹਿੰਦੇ ਸੰਤਾਂ ਨੇ ਮਾਮਾ ਦੇ ਪੁੱਤ ਮਰਵਾ ਦਿੱਤੇ। ਤੁਹਾਡਾ ਕੋਈ ਸ਼ਹੀਦ ਨਹੀਂ ਹੋਇਆ, ਤੁਹਾਡਾ ਕੋਈ ਮਰਿਆ ਨਹੀਂ, ਚੁੱਪ ਕਰਕੇ ਬਹਿ ਜਾਓ, ਠੀਕ ਹੈ। ਜਿਨ੍ਹਾਂ ਦੇ ਸ਼ਹੀਦ ਹੋਏ ਆ ਉਹਨਾਂ ਨੂੰ ਫਕਰ ਮਹਿਸੂਸ ਹੁੰਦਾ ਇਸ ਚੀਜ਼ ਦਾ ਵੀ ਸਿੱਖ ਪੰਥ ਦੇ ਲੇਖੇ ਲੱਗੀ ਸਾਡੀ ਜ਼ਿੰਦਗਾਨੀ, ਠੀਕ ਆ। ਤੁਸੀਂ ਐਵੇਂ ਕੱਦੂ ਮਾ ਤੀਰ ਮਾਰੀ ਜਾਂਦੇ, ਤੁਸੀਂ ਨਾ 3 'ਚ ਨਾ 13 'ਚ, ਤੁਹਾਡਾ ਕੋਈ ਸਿੱਖ ਪੰਥ ਨਾਲ ਲੈਣਾ ਨਹੀਂ ਦੇਣਾ ਨਹੀਂ। ਕਰੇ ਤੁਸੀਂ ਜਿਹੜੇ ਸ਼ਹੀਦ ਪਰਿਵਾਰ ਹੈ ਉਹਨਾਂ ਨੂੰ ਕਦੇ ਤੁਸੀਂ ਮਿਲੇ ਨਹੀਂ, ਜਾ ਕੇ ਤੁਸੀਂ ਕਦੇ ਜਾਣਦੇ ਨਹੀਂ, ਪਛਾਣਦੇ ਨਹੀਂ ਉਹਨਾਂ ਨੂੰ ਵੀ ਕੌਣ ਕੌਣ ਸ਼ਹੀਦ ਹੋਏ ਆ। ਮੂੰਹ ਚੱਕ ਕੇ ਫੇਸਬੁੱਕ ਉੱਤੇ ਫੜ ਕੇ ਫੇਸਬੁੱਕ ਦੇ ਉੱਤੇ ਤੁਸੀਂ ਸਟੇਟਮੈਂਟਾਂ ਦੇਣ ਲੱਗ ਜਾਂਦੇ ਆ, ਉਹ ਵੀਡੀਓ ਸੁਣ ਕੇ ਉਹਨਾਂ ਦੀਆਂ ਨੇਕੀ ਦੀਆਂ ਅਤੇ ਢੱਡਰੀਆਂ ਵਾਲਿਆਂ ਦੀਆਂ, ਲੱਖ ਦੀ ਲਾਂਹ 'ਤੇ ਤੁਹਾਡੇ 'ਤੇ ਯਾਰ। ਫਿਰ ਤੁਸੀਂ ਕਹਿੰਦੇ ਸਾਨੂੰ ਭੇਡਾਂ ਨਾ ਕਹੋ, ਤੁਸੀਂ ਭੇਡਾਂ ਹੀ ਹੈ, ਅੰਨੀਆਂ ਭੇਡਾਂ ਜਿਹੜੀਆਂ ਤੁਸੀਂ ਮਗਰ ਲੱਗੀਆਂ ਹੋਈਆਂ ਇਹਨਾਂ ਦੇ। ਕੁਛ ਆਪਣੀ ਵੀ ਖੋਜ ਕਰ ਲਓ, ਜਾਂਚ ਪੜਤਾਲ ਕਰ ਲਓ ਕੁਛ ਆਪਣੀ ਵੀ, ਕਿ ਜੋ ਕੁਛ ਉਹਨਾਂ ਨੇ ਦੱਸਤਾ ਵਾ ਤੋਂ ਗ੍ਰਹਿਣ ਕਰ ਲਿਆ ਤੁਸੀਂ। ਸੋ ਇਹਦੇ ਨੇ ਕੁਤਰਕਾਂ ਦਾ ਕੋਈ ਫਾਇਦਾ ਨਹੀਂ ਹੈਗਾ ਇਸ ਚੀਜ਼ ਦਾ, ਠੀਕ ਹੈ ਨਾ। ਸੰਤਾਂ ਦੇ ਨਾਲ ਜਿਹੜੇ ਸਿੰਘ ਸ਼ਹੀਦ ਹੋਏ ਆ ਜਾਂ ਇਤਿਹਾਸ ਵਿੱਚ ਜਿੰਨੇ ਵੀ ਸਿੰਘ ਸ਼ਹੀਦ ਹੋਏ ਆ ਉਹ ਅੱਜ ਵੀ ਸਾਡੇ 'ਚ ਮੌਜੂਦ ਹੈ, ਚੜ੍ਹਦੀ ਕਲਾ 'ਚ ਹੈ ਉਹ, ਠੀਕ ਹੈ ਜੀ। ਕਿਉਂਕਿ ਸ਼ਹੀਦ ਕਰੇ ਮਰਦੇ ਨਹੀਂ ਹੁੰਦੇ, ਕੌਮ ਵਾਲੇ ਜਿਉਂਦੇ ਹੁੰਦੇ ਆ, ਠੀਕ ਹੈ ਜੀ। ਮਾਤਾ ਤਾਂ ਉਹ ਹੁੰਦਾ ਹੈ ਜਿਹਦੀ ਜ਼ਮੀਰ ਮਰ ਜਾਵੇ, ਅਤੇ ਉਹ ਤੁਸੀਂ ਹੈ, ਤੁਹਾਡੀ ਜ਼ਮੀਰ ਮਰੀ ਆ, ਠੀਕ ਹੈ। ਸੋ ਇੰਨੀਆਂ ਕੁ ਬੇਨਤੀ ਸੀ, ਪ੍ਰਵਾਨ ਕਰਿਓ। ਅਗਲੇ ਵਿਸ਼ੇ ਉੱਤੇ ਫਿਰ ਆਪਾਂ ਹਾਜ਼ਰ ਹੋਵਾਂਗੇ ਇਹਨਾਂ ਦੇ ਕੁਤਰਕਾਂ ਦੇ ਜਵਾਬ ਦੇਣ।
ਬਾਕੀ ਚੜ੍ਹਦੀ ਕਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਸਾਰੀ ਗੱਲਬਾਤ ਸੁਣੀ, ਹੁਣ ਤੁਸੀਂ ਆਪ ਹੀ ਡਿਸਾਈਡ ਕਰੋ ਕੌਣ ਸਹੀ ਹੈ ਤੇ ਕੌਣ ਗਲਤ। ਸਾਡੇ ਪ੍ਰਚਾਰਕਾਂ ਦਾ ਕੀ ਫਰਜ਼ ਬਣਦਾ ਹੈ, ਉਹਨਾਂ ਦੇ ਚੇਲਿਆਂ ਦਾ ਕੀ ਫਰਜ਼ ਬਣਦਾ ਹੈ, ਕੀ ਜੋ ਕੁਝ ਪ੍ਰਚਾਰਿਆ ਜਾ ਰਿਹਾ, ਜੋ ਕੁਝ ਕਿਹਾ ਜਾ ਰਿਹਾ, ਉਸ ਦੇ ਉੱਤੇ ਸਾਡੀ ਸਰਮੋਰ ਜਥੇਬੰਦੀ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਨਹੀਂ ਲੈਣਾ ਚਾਹੀਦਾ, ਇਹ ਕੁਝ ਉਹ ਸਵਾਲ ਨੇ ਜੋ ਹਰ ਕਿਸੇ ਦੇ ਜ਼ਹਿਨ ਵਿੱਚ ਆਉਂਦੇ ਨੇ। ਤੇ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੇ ਖਿਲਾਫ਼ 5 ਮੈਂਬਰੀ ਕਮੇਟੀ ਬਣਾ ਕੇ ਉਸ ਦੇ ਉੱਤੇ ਚਿੰਤਨ ਕਰਨ ਦੀ ਗੱਲ ਆਖੀ, ਤਾਂ ਫਿਰ ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹੀ ਗੜਗਹਿਰੇ ਵਿੱਚ ਖੜਾ ਕਰ ਦਿੱਤਾ ਸੀ। ਹੁਣ ਵੇਖਣਾ ਇਹ ਹੋਵੇਗਾ ਕਿ ਅੱਗੇ ਪ੍ਰਚਾਰਕ ਹੋਣ ਜਾਂ ਪ੍ਰਚਾਰਕਾਂ ਦੇ ਚੇਲੇ ਉਹ ਗੁਰਮਤ ਤੇ ਪਹਿਰਾ ਦਿੰਦੇ ਨੇ ਜਾਂ ਮਨਮਤ ਪ੍ਰਚਾਰਦੇ ਨੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ, ਆਪਣੇ ਵਿਚਾਰ ਵਿੱਚ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।